بسم اللہ الرحمن الرحیم، السلام علیکم دوستو، امید ہے سب دوست سب بھائی خیریت نال ہو دے۔ دوستو میں تہاڈا بھائی تہاڈا میزبان عمران اسلم وڑیچ، ضلع سرگودہ تھانہ جاوریاں چک حیات پور تو۔ دوستو آج تاریخ ہے 9/7/2019۔ دوستو یہ ویڈیو بنی ہے، گاواں لوڈ ہو رہی ہیں جی۔ اللہ پاک ਭਾਈ ਹੋਰਾਂ ਨੂੰ ਰਾਓ ਸਮੀਉੱਲਾ ਬਾਵਲ ਨਗਰ ਅੱਲਾ ਪਾਕ ਤੁਹਾਨੂੰ ਨਸੀਬ ਕਰੇ, ਅੱਲਾ ਪਾਕ ਤੁਹਾਨੂੰ ਚੋਣੀਆਂ ਪੀਣੀਆਂ ਚੁਗੜੀਆਂ ਦੇ, ਅੱਲਾ ਪਾਕ ਇਹਨਾਂ ਦੇ ਸਾਹ ਲੰਮੇ ਕਰੇ। ਬਹੁਤ ਹੀ ਅੱਛੇ ਅਤੇ ਖਰੇ ਜਾਨਵਰ ਨੇ, ਬੇਐਬ ਅਗਾਂ ਤੁਹਾਡੇ ਮੁਕੱਦਰ, ਅਤੇ ਅੱਲਾ ਪਾਕ ਇਨਸ਼ਾਅੱਲਾ ਬਿਹਤਰ ਤੋਂ ਬਿਹਤਰ ਕਰੇਦਾ। ਬਹੁਤ ਅੱਛੇ ਅਤੇ ਬਹੁਤ ਨਾਈਸ ਆਦਮੀ ਨੇ, ਅਤੇ ਯਾਨੀ ਕਿ ਸਾਡਾ ਤਾਂ ਇਹਨਾਂ ਨਾਲ ਕਾਫੀ ਅਰਸੇ ਤੋਂ, ਮੇਰੇ ਮਾਮੂ ਦਾ ਇਹਨਾਂ ਨਾਲ ਬਹੁਤ ਅਰਸੇ ਤੋਂ ਤਲਕ ਸੀ, ਸੁਲਤਾਨ ਸਾਹਿਬ ਦਾ। ਅਤੇ ਅੱਲਾ ਪਾਕ ਇਹਨਾਂ ਨੂੰ ਖੈਰ ਕਰੇ। ਮੈਂ ਤਾਂ ਨਹੀਂ ਸਾਂ ਜਾਣਦਾ, ਅਤੇ ਜਿਵੇਂ ਜਿਵੇਂ ਫਿਰ ਵੇਖੋ ਕਿ ਸਬੱਬ ਬਣਦੇ ਨੇ ਮੁਲਾਕਾਤਾਂ ਦੇ, ਰਾਬਤਿਆਂ ਦੇ, ਅਤੇ ਇਨਸ਼ਾਅੱਲਾ ਅੱਲਾ ਪਾਕ ਖੈਰ ਹੋਇਆ ਫਿਰ ਨਾ ਪਹੁੰਚੇ ਜੀ। ਅਤੇ ਇਸ ਪਿਛਲੇ ਟਾਈਮ ਯਾਨੀ ਕਿ ਇਸ ਟਾਈਮ ਲੋਡ ਕਰਨ ਦਾ ਮਕਸਦ ਕਿ ਸਫ਼ਰ ਦੂਰ ਹੈ ਦੋਸਤੋ, ਬਹੁਤ ਗਰਮੀ ਹੁੰਦੀ ਦਿਨ ਨੂੰ, ਕਿ ਰਾਤੀ ਮਾਲ ਲੋਡ ਹੋ ਜਾਏ ਨਾ ਗਰਮੀ ਨਹੀਂ ਹੁੰਦੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਅਗਲੇ ਬੰਦੇ ਦਾ ਨੁਕਸਾਨ ਨਾ ਹੋਵੇ, ਉਹਦਾ ਫਾਇਦਾ ਹੋਵੇ, ਫਾਇਦੇ ਵਾਸਤੇ ਹਰ ਕੋਈ ਕਰਦਾ। ਅਤੇ ਅੱਲਾ ਕਰੇ ਅਤੇ ਉਹਨਾਂ ਦੀ ਠੰਡ ਠੰਡ 'ਚ ਗਾਵਾਂ ਪਹੁੰਚ ਜਾਣ। ਅਤੇ ਦੋਵਾਂ ਗਾਵਾਂ ਮਗਰ ਵੱਛੇ ਨੇ, ਦੋਵੇਂ ਗਾਵਾਂ ਸੂਈਆਂ ਨੇ। ਅੱਲਾ ਪਾਕ ਇਹਨਾਂ ਦੇ ਨਸੀਬ ਕਰੇ, ਅੱਲਾ ਪਾਕ ਇਹਨਾਂ ਨੂੰ ਚੋਣੀਆਂ ਪੀਣੀਆਂ ਚੁਗਣੀਆਂ ਦੇ। ਅਤੇ ਇਨਸ਼ਾਅੱਲਾ ਲੋਡ ਹੋ ਗਈਆਂ ਨੇ ਗਾਵਾਂ, ਕਾਫੀ ਦੇਰ ਪਹਿਲੇ ਦੀਆਂ ਹੋ ਗਈਆਂ ਨੇ, ਲੇਕਿਨ ਮੈਂ ਜ਼ਰਾ ਵੀਡੀਓ ਆਵਾਜ਼ ਐਡ ਕਰਨੀ ਹੁੰਦੀ, ਅਤੇ ਉਹ ਥੋੜ੍ਹੀ ਜਿਹੀ ਮੈਂ ਡਿਊਟੀ ਵੀ ਕਰਨਾ, ਨਾਲੇ ਵੀ ਮੈਂ ਡਿਊਟੀ 'ਤੇ ਹਾਂ ਸਾਊਦੀ ਅਰੇਬੀਆ ਹੁੰਦਾ। ਮੈਂ ਜੱਦਾ ਵਿੱਚ ਜਫਾਲੀ 'ਚ ਬੋਸ ਦੀ ਕੰਪਨੀ 'ਚ ਮੈਂ ਜੋਬ ਕਰਨਾ ਦੋਸਤੋ, ਇਹ ਸ਼ੌਕ ਹੈ। ਅਤੇ ਦੋਸਤੋ ਇਹ ਕੰਮ ਸ਼ੌਕ ਤੋਂ ਇਲਾਵਾ ਨਹੀਂ ਹੋ ਸਕਦਾ। ਉਹ ਭਾਈ ਹੋਰੀ ਨੇ, ਉਹ ਵੀ ਮਾਸ਼ਾਅੱਲਾ ਸਾਊਦੀਆਂ ਨੇ, ਲੇਕਿਨ ਉਹਨਾਂ ਆਪਣਾ ਬਹੁਤ ਬਹੁਤ ਨਿਜ਼ਾਮ ਬਣਾਏ ਹੈ ਸਾਡੇ ਨਾਲੋਂ ਵਸੀ ਹੈ ਨਿਜ਼ਾਮ ਸਮੀਉੱਲਾ ਸਾਹਿਬ ਦਾ ਉਹਨਾਂ ਦੇ, ਯਾਨੀ ਕਿ ਇੱਕ ਸ਼ੌਕ ਹੈ, ਉਹ ਪ੍ਰੋਫੈਸ਼ਨਲ ਕਰ ਰਹੇ ਨੇ ਹਾਈ ਸਟੈਂਡਰਡ 'ਤੇ, ਠੀਕ ਹੈ। ਲੇਕਿਨ ਕਰਾਸ ਗਾਵਾਂ ਲੈ ਰਹੇ ਨੇ, ਕਰਾਸ ਗਾਵਾਂ ਪਾ ਰਹੇ ਨੇ ਕਿ ਗਰਮੀ ਜਿਹੜੀ ਬਰਦਾਸ਼ਤ ਕਰ ਸਕਣ। ਅੱਛੀ ਸੋਚ ਹੈ, ਵਲੈਤੀ ਉਹ ਲੈ ਸਕਦੇ ਨੇ, ਬਾਹਰੋਂ ਵੀ ਇੰਪੋਰਟ ਕਰ ਸਕਦੇ ਨੇ। ਮੈਂ ਜਾਣਨਾ ਉਹਨਾਂ ਨੂੰ ਪੂਰਾ, ਉਹਨਾਂ ਦਾ ਸਟੇਟਸ ਮੈਨੂੰ ਪਤਾ ਹੋਵੇ, ਅਤੇ ਉਹ ਬਾਹਰੋਂ ਵੀ ਇੰਪੋਰਟ ਕਰ ਸਕਦੇ ਨੇ, ਮਾਲ ਲੈ ਸਕਦੇ ਨੇ। ਉਹਨਾਂ ਮੈਂ ਸ਼ੈਲਡ ਵੀ ਉਹਨਾਂ ਦਾ ਮੈਂ ਵੇਖਿਆ, ਬਹੁਤ ਅੱਛਾ ਨਿਜ਼ਾਮ ਬਣਾਇਆ VIP ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਮਾਸ਼ਾਅੱਲਾ। ਬਾਕੀ ਅੱਗੋਂ ਹੁੰਦੇ ਨਸੀਬ, ਇਹ ਕੰਮ ਇੱਕ ਸਟੈਂਡਰਡ ਤਰੀਕੇ ਨਾਲ ਕਰ ਰਹੇ ਨੇ, ਅਤੇ ਇਨਸ਼ਾਅੱਲਾ ਫਾਇਦਾ ਪਾਉਣ ਦੇ, ਅਤੇ ਮਿਹਨਤ ਕਰ ਰਹੇ ਨੇ ਅੱਗੋਂ ਇਨਸ਼ਾਅੱਲਾ। ਅੱਲਾ ਪਾਕ ਵੀ ਮਦਦ ਕਰੇ ਨੇ, ਅਸੀਂ ਦੁਆ ਗੋਵਾਂ ਇਨਸ਼ਾਅੱਲਾ ਭਾਈਆਂ ਵਾਸਤੇ। ਅਤੇ ਦੋਸਤੋ ਮੈਂ ਬਹੁਤ ਮਸ਼ਹੂਰ ਹਾਂ, ਬਹੁਤ ਮਸ਼ਹੂਰ ਹਾਂ ਜੀ, ਜਿਹੜੇ ਦੋਸਤ ਇਤਨੀ ਮੁਹੱਬਤ ਇਤਨਾ ਤਾਮੁਨ ਕਰ ਰਹੇ ਹੋ। ਰਾਜਾ ਸਾਹਿਬ ਨੇ, ਰਾਜਾ ਹੁਸੈਨ ਜਰਮਨੀ ਜੀ, ਯਕੀਨ ਮੰਨੋ ਕਿ ਜਿਸ ਬਿਲਾ ਲੋਸ ਕਿ ਛੋਟੀ ਤੋਂ ਛੋਟੀ ਵੀ ਗੱਲ, ਇੰਝ ਸਾ ਪੁੱਤਰ ਇਸ ਤਰ੍ਹਾਂ ਕਰ ਲੈਣਾ, ਇਸ ਤਰ੍ਹਾਂ ਕਰ ਲੈਣਾ, ਇੰਝ ਕਰਨਾ, ਇੰਝ ਨਹੀਂ ਕਰਨਾ, ਇੰਝ, ਜਿਸ ਦਿਨ ਦਾ ਮੈਂ ਚੈਨਲ ਬਣਾਇਆ ਉਸ ਦਿਨ ਤੂੰ ਮੇਰੇ ਨਾਲ ਰਾਬਤੇ ਨੇ। ਅਤੇ ਬਹੁਤ ਅੱਛੇ ਬੰਦੇ ਨੇ ਯਾਰ, ਕਿ ਇੱਕ ਹੁੰਦਾ ਨਾ ਕਿ ਜੇ ਲੰਬੇ ਨੇ ਜਰਮਨੀ ਨੇ, ਰਾਜਾ ਜਰਮਨੀ ਤੋਂ ਨਾਂ ਨੇ, ਅਤੇ ਰਾਜਾ ਹੁਸੈਨ ਜਰਮਨੀ, ਕਮੈਂਟ ਵੀ ਤੁਸੀਂ ਵੇਂਦੇ ਹੋਵੋ ਦੇ ਉਹਨਾਂ ਦੇ, ਅਤੇ ਯਕੀਨ ਮੰਨੋ ਬਿਲਾ ਲੋਸ ਇਹ ਗੱਲ, ਇੰਝ ਕਰ ਲਓ। ਦੇਖੋ ਇੱਕ ਕੋਈ ਉਹਨਾਂ ਨੂੰ ਆਖੀ ਕਿ ਸਾਡੇ ਕੋਲ ਕੋਈ ਮੁਫਾਦ ਨਹੀਂ, ਲੇਕਿਨ ਇੱਕ ਉਹ ਕਹਿੰਦੇ ਨੇ ਕਿ ਤੁਸੀਂ, ਤੁਹਾਡੀ ਗੱਲ, ਤੁਹਾਡਾ ਕੰਮ ਹਾਜੀ ਹੋਰਾਂ ਦਾ ਪਸੰਦ ਆਉਂਦਾ, ਅੱਛਾ ਲੱਗਦਾ। ਰਾਜਾ ਸਾਹਿਬ ਤੁਹਾਡੇ ਵਾਸਤੇ ਅਸੀਂ ਦੁਆ ਗੋਵਾਂ, ਤੁਸੀਂ ਯਕੀਨ ਮੰਨੋ ਸਾਡੇ ਵਾਸਤੇ ਕਿ ਉਹ ਤੁਸੀਂ ਨੂੰ ਸਮਝਦੇ। ਹੋਰ ਨੇ ਮਿਰਜ਼ਾ ਸਾਹਿਬ ਨੇ, ਤਰਮੀਰ ਸਾਹਿਬ ਜੇਹਲਮ ਦੇ, ਯਕੀਨ ਮੰਨੋ ਇਹਨਾਂ ਨੂੰ ਮਾਲ ਵੀ ਦਿੱਤਾ, ਮੱਝਾਂ ਵੀ ਦਿੱਤੀਆਂ ਨੇ। ਫਹਾਦ ਅਸਲਮ ਸਾਹਿਬ ਨੇ, ਵੜੈਚ ਨੇ, ਗੁਜਰਾਤ ਦੇ। ਅਤੇ ਇੱਕ ਹੁੰਦਾ ਨਾ ਬੰਦਾ ਸਾਹਮਣੇ ਗੱਲ ਕਰਦਾ, ਯਕੀਨ ਮੰਨੋ ਸਾਡੀ ਕੰਢ ਪਿੱਛੇ ਵੀ ਤਾਰੀਫ ਕਰਦੇ ਨੇ। ਅਤੇ ਸਰ ਬਹੁਤ ਸ਼ੁਕਰੀਆ, ਮੈਂ ਸੁਣਦਾ ਰਹਿੰਦਾ, ਮੈਂ ਤੁਆਬੇਦਾਰ ਹਾਂ ਤੁਹਾਡਾ ਦੋਸਤੋ, ਅਤੇ ਬਹੁਤ ਮੈਂ ਮਸ਼ਹੂਰ ਹਾਂ। ਅਤੇ ਅੱਲਾ ਪਾਕ ਤੁਹਾਨੂੰ ਸਭ ਨੂੰ ਸਿਹਤ ਦੇ ਜੇ, ਜ਼ਿੰਦਗੀ ਦੇ ਜੇ, ਤੰਦਰੁਸਤੀ ਦੇ ਜੇ, ਤੁਹਾਡੇ ਭਾਈਆਂ ਦਾ। ਹੋਰ ਬਹੁਤ ਸੇ ਭਾਈ ਨੇ, ਉਸ ਤੋਂ ਬਾਅਦ ਜੇਹਲਮ ਦੇ ਨਾਲ ਪਿੰਡ ਦਾਦਨ ਖਾਨ ਦੇ ਨੇ ਜੀ, ਤਨਵੀਰ ਸਾਹਿਬ ਜੀ, ਅਤੇ ਮਾਸ਼ਾਅੱਲਾ ਜੀ, ਯਕੀਨ ਮੰਨੋ ਕਿ ਸੋਚ ਤੋਂ ਬਾਹਰ ਬੰਦੇ ਨੇ ਜੀ, ਬਾਹਰ ਨੇ, ਜ਼ਿਆਦਾਤਰ ਦੋਸਤ ਬਾਹਰ ਨੇ, ਲੇਕਿਨ ਸ਼ੌਕ ਕਰ ਰਹੇ ਨੇ। ਉਹਨਾਂ ਨੂੰ ਵੀ ਇੱਕ ਦੋ ਗਾਵਾਂ ਭੇਜੀਆਂ ਨੇ, ਹੋਰ ਇੱਕ ਹੋਰ ਨੇ ਪਿੰਡ ਦਾਦਨ ਖਾਨ ਦੇ, ਇੱਕ ਉੱਥੇ ਗਾਂ ਢੋਰੀ ਹੈ, ਇੱਕ ਚੋਲਸਤਾਨੀ ਕ੍ਰਾਸ ਦੀ ਗਾਂ ਗਈ ਸੀ, ਜੇ ਤੁਸੀਂ ਸਾਡੇ ਚੈਨਲ 'ਤੇ ਵੇਖੀ ਹੋਵੇ ਦੀ। ਬਹੁਤ ਅੱਛੇ ਬੰਦੇ ਨੇ, ਯਕੀਨ ਮੰਨੋ ਮੈਂ ਰਾਬਤਾ ਨਹੀਂ ਕਰਦਾ, ਲੇਕਿਨ ਉਹ ਰਾਬਤਾ ਕੀਤੀ ਰੱਖਦੇ ਨੇ, ਗੱਪ ਸ਼ੱਪ ਲਾਉਂਦੇ ਰਹਿੰਦੇ ਨੇ। ਅੱਲਾ ਪਾਕ ਤੁਹਾਨੂੰ ਜ਼ਿੰਦਗੀ ਦੇ, ਸਿਹਤ ਦੇ। ਹੋਰ ਯਕੀਨ ਮੰਨੋ ਇੱਕ ਗੁੱਜਰ ਸਾਹਿਬ ਨੇ ਪਿੰਡੀ ਦੇ, ਗੁੱਜਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਗੁੱਜਰ ਬਾਦਸ਼ਾਹ ਨੇ, ਉਸ ਤੋਂ ਬਾਅਦ ਆਫਤਾਬ ਆਰਫ ਸਾਹਿਬ ਨੇ ਜੇਹਲਮ ਦੇ, ਯਾਰ ਤੁਸੀਂ ਸਭ ਦੋਸਤਾਂ ਜਿੰਨਾ ਕੁ ਤਾਵਨ ਕਰਦੇ ਪਏ ਹੋ ਨਾ,
कि मैं इतने बंदे का नाम मैं याद नहीं रहते। तो दोस्तों मैं मैसेज इनशाला इनशाला अपनी पूरी कोशिश है कि थोड़े मैं सब मैसेजों के जवाब कॉल या जिस तरह भी हो मैं दे सकता मैं दें इनशाला जिनी को अपनी पूरी कोशिश है। कई बार मिस हो जाता कई बार सुनता उन्ना कॉल आ जाती ईमो तू व्हाट्सएप तू। तो अज राव साहब आए सन इतने मुलाकात हुई है शोरूम से भी तो वो वेखते हैं कि मतलब निज़ाम ऐसा है कि ड्यूटी ड्यूटी होंगी दोस्तों जॉब जी मुलाजमत ही एक समझ लो कि लेकिन वह भी ठीक ने कम है सौदी होंगे ना वो कम छड़ के जाना फिर वो कस्टमर है ना कोई भी चीज़ है दुकानदार से जाओ असं अपने काम लगे हुए तो बुरा महसूस करते हैं। तो बाकी अल्लाह पाक खैर करे अल्लाह पाक इन्हों गावं नसीब करे चोनियाँ पीनियाँ झुगड़ियाँ देने जी। दोस्तों 3,05,000 दियाँ गावं गई ने इन्होंने दितियां ने अल्लाह पाक नसीब करे बहुत अच्छे जानवर ने खरे तो दुद्ध वाले जानवर ने ते बेऐब अल्लाह पाक इन्हें नसीब करे। मैं फिर दस दिया 3,05,000 दे जानवर भाई होर दिते ने कोई ओला कोई झूठ कोई दा फरेब इंशाल्लाह ना है वे ना होने लगेगा। मैं दुआ मंगना दोस्तों तुम भी साढ़े आके ज अपने वास्ते कि जिन्ना चिर करिए तो अच्छे तरीके ना करिए इखलाक प्यार मुहब्बत सीधे तरीके ना करिए। मैं एक और गल करा दा बहुत दोस्तों ने खराब किया इन्हें दोवे गावं ही सानू ठीक है। 3 दिन तू मेरे नाल राव साहब राबते सन इमरान भाई सन दसो मैं क्या असी पाबंद हाँ उन्होंने अगला बंदा साडा नहीं पाबंद एक बंदा साढ़े डेरे ते जा के मुका के गावा दोवें आई साहब कहें इतना बंदा मुअज्जज़ इतना बंदा सी पुत्र नहीं मैं चिट्टी दाढ़ी रखी बेटे वो ना पाबंद हूँ मैं पाबंद हाँ। तो उन्होंने 3 दिन असा इंतजार किया नहीं आए फिर असी आखे कि आ जाओ राव साहब तुहाडियां ने अल्लाह तुहानू नसीब करे तुहाडे मुकद्दरां ही सन। तो अल्लाह पाक वाकई नसीब करें जी बड़ा मैसेज इन्हें मैनू किते गावं वास्ते तो बड़ा राबता रहा तो इंशाल्लाह फिर भी रवेगा ना इंशाल्लाह होर भी इन्होंने माल देना अपनी पूरी कोशिश होगी इन्हों तो अच्छे जानवर देने अगू भी थोड़ी जी गर्मी दोस्तों पाकिस्तान तो गर्मी वास्ते जानवरों की थोड़ी जी पोजिशन हालत ज़रा डाउन हो जाती जे तो अपने गर्मी जानवर बचा लो बेहतर है थोड़े वंडे पा लो थोड़े मसाले हरा पट्ठा सब्ज़ पट्ठा डालो ने। अगली वीडियो तक इजाजत चाहवा अपने मवेशी मंडी टीवी लाइक कर लो सबसक्राइब कर लो ताकि थोड़े तीन सा मजीद वीडियो पहुँचती रह इंशाल्लाह दोस्तों गपशप लगती रहेगी तो इंशाल्लाह माई दी वीडियो आने वाली इंतजार करो।